ਤੈਨੂੰ ਪੱਟਣਾ ਮੈਂ ਕੁੰਡੀਆਂ ਮੁੱਛਾਂ ਵਾਲਿਆ ਤਾਂ ਹੀ ਲੰਮੀ ਗੁੱਤ ਰੱਖੀਆ ਇੱਕ ਵਾਰੀ ਹੋ ਤੈਨੂੰ ਪੱਟਣਾ ਇਹ ਵੱਜਦਾ ਹੀ ਨਹੀਂ ਲੱਗਦਾ ਤਾਰ ਨਿਕਲੀ ਹੋਈ ਹੈ ਕਿੱਥੋਂ ਤਾਰ ਨਿਕਲੀ ਹੋਈ ਹੈ ਇੱਕ ਵਾਰੀ ਹੋਰ ਤੈਨੂੰ ਪੱਟਣਾ ਮੈਂ ਕੁੰਡੀਆਂ ਇੱਕੋ ਮੈਂ ਹੋਰ ਹੈਲੋ ਭਾਜੀ ਮਿਊਜ਼ਿਕ ਡਾਇਰੈਕਟਰ ਬੋਲਦੇ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਕਮਾ ਜੀ ਅੱਛਾ ਭਾਜੀ ਮਿਊਜ਼ਿਕ ਡਾਇਰੈਕਟਰ ਬੋਲਦੇ ਓਹੋ ਇਹ ਮੇਰਾ ਸਟਾਈਲ ਹੈ ਇੱਕ ਵਾਰੀ ਹੋਰ ਬੋਲਣ ਨੂੰ ਨਹੀਂ ਕਿਹਾ ਸੀ ਹਾਂਜੀ ਮਿਊਜ਼ਿਕ ਡਾਇਰੈਕਟਰ ਹੀ ਬੋਲ ਰਿਹਾ ਦੱਸੋ ਓਕੇ 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 ਭਾਜੀ ਇੱਕ ਸਿੰਗਲ ਟਰੈਕ ਕਰਾਉਣਾ ਸੀ ਤੇ ਟਰੈਕ ਹੀ ਕਰਵਾਉਂਦੇ ਆ ਹੋਰ ਆਪਾਂ ਕੀ ਕਰਵਾਉਂਦੇ ਇੱਥੇ ਤੁਸੀਂ ਪਹਿਲਾਂ ਐਂ ਦੱਸੋ ਵੀ ਗਾਣਾ ਤੁਹਾਡੇ ਕੋਲ ਹੈ ਜਾਂ ਤੁਸੀਂ ਗਾਣਾ ਲਿਖਿਆ ਮਤਲਬ ਕਿੱਦਾਂ ਦਾ ਗਾਣਾ ਕਰਨਾ ਚਾਹੁੰਦੇ ਹੋ ਯੂ ਨੋ ਭਾਜੀ ਗਾਣਾ ਹੋਵੇ ਵਧੀਆ ਹੋਵੇ ਬਸ ਚੱਲਣ ਵਾਲਾ ਹੋਵੇ ਜਿਹੜਾ ਹਿੱਟ ਹੋ ਜਾਵੇ ਜੀ ਬਸ ਮੈਂ ਤੈਨੂੰ ਖੁਦ ਗਾਣਾ ਦਵਾਵਾਂਗਾ ਸਾਡਾ ਆਪਣਾ ਇੱਕ ਬ੍ਰੋ ਹੈਗਾ ਬਟ ਇਹ ਖੈਂਟ ਗਾਣੇ ਲਿਖਦਾ ਸੋ ਐਦਾਂ ਕਰੋ ਤੁਸੀਂ ਮੈਂ ਤੁਹਾਨੂੰ ਮਿਲਦਾ ਹੁਣੀ ਆਪਾਂ ਚੱਲਦੇ ਹਾਂ ਮੈਂ ਤੁਹਾਨੂੰ ਘਰ ਹੀ ਲੈ ਕੇ ਚੱਲਦਾ ਆਹ ਤਾਂ ਬਹੁਤ ਵਧੀਆ ਗੱਲ ਹੋ ਗਈ ਮੈਂ ਹੁਣੀ ਆ ਗਿਆ ਜੀ ਕਾ ਬਾਤ ਹੈ ਚਲੋ ਮਿੱਤਰੀ ਹੈ ਫੀਲਿੰਗ ਨਹੀਂ ਆ ਰਹੀ ਫੀਲਿੰਗ ਉਹ ਕਿੱਥੇ ਮਰ ਗਏ ਮੁੰਡਿਓ ਹਾਂਜੀ ਸਰ ਡਾਂਗਾ ਗਣਾਸੇ ਲੈ ਕੇ ਆ ਮੈਨੂੰ ਫੀਲਿੰਗ ਨਹੀਂ ਆ ਰਹੀ ਤੁਹਾਨੂੰ ਪਤਾ ਨਹੀਂ ਮੈਂ ਗਾਣਾ ਲਿਖ ਰਿਹਾ ਫੀਲਿੰਗ ਲਿਆ ਫੀਲਿੰਗ ਮੈਨੂੰ ਫੀਲਿੰਗ ਨਹੀਂ ਆ ਰਹੀ ਇੱਥੇ ਰੱਖ ਸੱਦੂ ਮੂਸੇ ਵਾਲਾ ਹੋਈ ਪਈ ਹੈ ਮੂਸੇ ਵਾਲਾ ਮੂਸੇ ਇੱਥੇ ਮਾਰ ਮੇਰੇ ਕੰਨ ਕੋਲ ਦੀ ਇੱਥੋਂ ਦੀ ਕੀ ਹੋ ਗਿਆ ਤੈਨੂੰ ਹੁਣ ਬਾਈ ਉਹ ਜਿਸ ਹਿਸਾਬ ਨਾਲ ਉਹ ਬੈਠਾ ਵਾ ਗਾਣੇ ਲਿਖਦਾ ਉਹ ਮੈਨੂੰ ਮਿੱਧੂ ਮੂਸੇ ਵਾਲਾ ਘੱਟ ਉਹ ਮਿੱਧੂ ਗੁੱਸੇ ਵਾਲਾ ਵੱਧ ਲੱਗਦਾ ਯਾਰ ਯਾਰ ਉਹ ਸਟਾਈਲ ਹੈ ਇੱਕ ਸਟਾਈਲ ਹੁੰਦਾ ਸੋ ਆ ਭਰਾਵਾ ਨਾ ਆਪਾਂ ਹਰਮਨ ਚੀਮੇ ਵਰਗਾ ਗਾਣਾ ਲੈ ਲੈਣਾ ਇੱਥੋਂ ਨਹੀਂ ਲੈਣਾ ਯਾਰ ਉਹ ਯਾਰ ਤੂੰ ਡਰਦਾ ਕਿਉਂ ਮੈਂ ਬੈਠਾ ਨਾ ਮੇਰਾ ਬ੍ਰੋ ਮੇਰਾ ਯਾਰ ਹੈ ਉਹ ਕਿਦਾਂ ਹੈ ਬਈ ਇੱਕ ਵਾਰੀ ਫੋਨ ਆ ਉਹ ਯਾਰ ਤੂੰ ਸਹੀ ਉਹ ਯਾਰ ਮੈਨੂੰ ਗੱਲ ਸੁਣ ਇਹ ਮੁੰਡਾ ਜਿੱਦਾਂ ਕਿ ਇਹਨੂੰ ਆਪਾਂ ਲਾਂਚ ਕਰਨਾ ਮਾਰਕੀਟ ਦੇ ਵਿੱਚ ਨਵਾਂ ਸਿੰਗਲ ਟਰੈਕ ਇਹਦਾ ਕੱਢਣਾ ਕੋਈ ਨਵਾਂ ਗਾਣਾ ਹੈਗਾ ਲਿਖਿਆ ਕੋਈ ਘੈਂਟ ਜਿਹਾ ਜਿਹੜਾ ਤਲਵਾਰ ਦੀ ਧਾਰ ਵਰਗਾ ਹੈਗਾ ਨਵਾਂ ਗਾਣਾ ਉਹਨੂੰ ਰੱਖ ਲੁਕੋ ਕੇ ਉਹਨੂੰ ਬਾਅਦ ਚ ਮਹਿੰਗਾ ਕਰਕੇ ਵੇਚਾਂਗੇ ਹੁਣ ਕੋਈ ਪੁਰਾਣਾ ਗਾਣਾ ਦੇ ਪੁਰਾਣਾ ਜਿਹਾ ਗਾਣਾ ਦੇ ਇਹਨੂੰ ਜਿਹੜਾ ਕਲਿੱਕ ਹੋਣ ਵਾਲਾ ਹੋਵੇ ਇਹਨੂੰ ਦੇਣਾ ਪੈ ਇਹਨੂੰ ਖੜਾ ਹੋ ਹੈ ਖੜਾ ਹੋ ਚਲੋ ਸਿੱਧੂ ਸਾਹਿਬ ਤੇ ਆਪਣਾ ਪੈਸੇ ਦੇ ਆਪਾਂ ਫੇਰ ਕਰ ਲਾਂਗੇ ਧਾਰ ਚੱਲਦਾ ਆਪਣਾ ਆਪਣਾ ਹਿਸਾਬ ਚੱਲਦਾ ਇੰਨਾ ਜਿੰਨਾ ਫੇਰ ਮਾਰਾਂਗੇ ਤੁਹਾਡੇ ਕੋਲ ਇੱਕ ਵਾਰੀ ਹੋਰ ਆ ਜਾ ਮੁੰਡੇ ਲੈ ਵੀ ਮੁੰਡਿਆ ਬਣ ਗਈ ਗੱਲ ਗਾਣਾ ਤੇਰਾ ਆ ਗਿਆ ਕੀ ਹੋ ਗਿਆ ਆ ਕੀ ਬਾਜੀ ਉਹ ਬੰਦੂਕ ਹੈ ਤੈਨੂੰ ਨਹੀਂ ਦਿਸਦੀ ਇਹ ਇਹ ਬੰਦੂਕ ਤਾਂ ਹੈ ਜੀ ਮੈਂ ਤਾਂ ਜਦੋਂ ਵੀ ਕਿਤੇ ਸਟੂਡੀਓ 'ਚ ਦੇਖਿਆ ਵਾ ਢੋਲਕੀ ਦੇਖੀ ਆ ਤੂੰ ਵੀ ਦੇਖੀ ਆ ਢੋਲ ਦੇਖਿਆ ਵਾ ਪਰ ਬਈ ਆ ਜਿਹੜੀ ਤੁਸੀਂ ਪਿਸਟਲ ਦਨਾਲੀਆ ਚੱਕੀ ਫਿਰਦੇ ਹੋ ਇਹ ਕੀ ਯਾਰ ਇੱਕ ਵਾਰੀ ਸੋ ਬ੍ਰੋ ਇਹ ਵੀ ਸਾਜ਼ ਆ ਜਿੱਦਾਂ ਗਾਣਿਆਂ ਦੇ ਵਿੱਚ ਤੂੰ ਵੀ ਵੱਜਦੀ ਹੁੰਦੀ ਸੀ ਢੋਲ ਵੱਜਦਾ ਹੁੰਦਾ ਸੀ
ਉਦਾਂ ਹੀ ਇਹ ਵੀ ਅੱਜ ਕੱਲ ਗਾਣਿਆਂ ਦੇ ਵਿੱਚ ਵਰਤੇ ਜਾਂਦੇ ਨੇ। ਇਹ ਕਿਹੜੇ ਗਾਣੇ ਚ ਵਰਤ ਗਏ ਯਾਰ? ਤੂੰ ਉਹ ਗਾਣਾ ਨੀ ਸੁਣਿਆ ਉਹ ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆਂ ਮੈਂ ਕੱਲਾ ਕੱਲਾ ਠਾ ਆਹੀ ਪਿਸਤੌਲ ਵਰਤਿਆ ਉਹਦੇ ਵਿੱਚ ਸਾਜੀ ਹੋਇਆ ਨਾ। ਤੇ ਤੁਸੀਂ ਉਹ ਗਾਣਾ ਨੀ ਸੁਣਿਆ ਉਹ ਜਿੱਥੇ ਹੁੰਦੀ ਆ ਪਵਨ ਦੀ ਹਥਿਆਰ ਦੀ ਨੀ ਉੱਥੇ ਜਾ ਟਟਾ ਡਾ ਫੈਰ ਕਰਦਾ ਆਹੀ ਵਰਤੀ ਭਾਜੀ ਗਾਣ ਉਹਦੇ ਵਿੱਚ ਫਿਰ ਹੋਏ ਨਾ ਸਾਜੀ ਹੋਏ ਯੂ ਨੋ। ਸੋ ਕੋਈ ਗੱਲ ਨਹੀਂ ਤੇਰਾ ਗਾਣਾ ਆ ਗਿਆ ਆਪਾਂ ਇਹਦਾ ਮਿਊਜ਼ਿਕ ਕਰੀਏ ਇਹਦੇ ਵਿੱਚ ਆਪਾਂ ਬੰਦੂਕਾਂ ਨਹੀਂ ਪਾਉਣੀਆਂ ਤੇਰੇ ਗਾਣੇ 'ਚ ਤੈਨੂੰ ਹਿੱਟ ਕਰਾਉਣੇ 'ਚ ਵੱਡੇ ਵੱਡੇ ਬੰਬ ਪਾਵਾਂਗੇ ਬੰਬ ਇੱਥੋਂ ਵੱਜਣਗੇ ਬੰਬ ਦੇਖੀ। ਇੱਕ ਮਿੰਟ ਕੌਣ ਬਾਈ ਇੱਕ ਮਿੰਟ ਯਾਰ ਇੱਕ ਗੱਲ ਕਹਾਂ ਗੁੱਸਾ ਤਾਂ ਨਹੀਂ ਕਰੋਗੇ? ਕਿਉਂ ਯਾਰ ਗੁੱਸੇ ਵਾਲੀ ਕਿਹੜੀ ਗੱਲ ਹੈ ਯਾਰ? ਤੁਸੀਂ ਲੋਕ ਕਿਉਂ ਇੱਦਾਂ ਦੇ ਗਾਣੇ ਗਾਉਂਦੇ ਹੋ, ਕਿਉਂ ਇੱਦਾਂ ਦੇ ਗਾਣੇ ਲਿਖਦੇ ਹੋ ਤੇ ਕਿਉਂ ਇੱਦਾਂ ਦੇ ਗਾਣੇ ਬਣਾਉਂਦੇ ਹੋ? ਉਹ ਜਿਹਦੇ ਕਰਕੇ ਆਪਣਾ ਸਮਾਜ ਵਿਗੜੇ, ਉਹ ਜਿਹਦੇ ਕਰਕੇ ਆਪਣਾ ਸੱਭਿਆਚਾਰ ਖਰਾਬ ਹੋਵੇ, ਨੌਜਵਾਨ ਪੀੜ੍ਹੀ ਦੇ ਕੱਲ੍ਹ ਦਾ ਅਸਰ ਪਵੇ। ਸੋ ਬਾਈ ਹੱਥ ਜੋੜ ਕੇ ਬੇਨਤੀ ਯਾਰ, ਨਾ ਗਾਓ ਇੱਦਾਂ ਦੇ ਗਾਣੇ ਯਾਰ। ਵੀਰੇ ਤੈਨੂੰ ਕੀ ਲੱਗਦਾ ਵੀ ਜੇ ਅਸੀਂ ਇਹੋ ਜਿਹੇ ਗਾਣੇ ਬਣਾਉਂਦੇ ਹਾਂ ਤਾਂ ਲੋਕ ਸੁਣਦੇ ਨੇ? ਨਹੀਂ, ਜੇ ਉਹ ਸੁਣਨਾ ਚਾਹੁੰਦੇ ਨੇ ਅਸੀਂ ਤਾਂ ਉਹੋ ਜਿਹੇ ਗਾਣੇ ਬਣਾਉਂਦੇ ਹਾਂ। ਕਦੇ ਵੀ ਗਾਣਿਆਂ ਨੂੰ ਦੇਖ ਕੇ ਸਮਾਜ ਨਹੀਂ ਬਦਲਦਾ, ਸਮਾਜ ਨੂੰ ਦੇਖ ਕੇ ਗਾਣੇ ਬਦਲਦੇ ਨੇ। ਜੇ ਅਸੀਂ ਚਾਹੁੰਦੇ ਹਾਂ ਨਾ ਕਿ ਅਸੀਂ ਆਪਣਾ ਸੱਭਿਆਚਾਰ ਬਚਾਈਏ ਤਾਂ ਉਹਦੇ ਵਾਸਤੇ ਸਾਨੂੰ ਵੀ ਥੋੜ੍ਹੀ ਜਿਹੀ ਆਪਣੀ ਸੋਚ ਬਦਲਣੀ ਪਊਗੀ। ਜ਼ਰਾ ਸੋਚ ਕੇ ਦੇਖੋ, ਜੇ ਆਪਾਂ ਮਾੜੇ ਗਾਣੇ ਸੁਣਨੇ ਹੀ ਬੰਦ ਕਰ ਦਈਏ ਤਾਂ ਅਸੀਂ ਕਿਹਦੇ ਵਾਸਤੇ ਬਣਾਵਾਂਗੇ? ਸੋ ਸਾਨੂੰ ਆਪਣੀ ਸੋਚ ਦੇ ਉੱਤੇ ਵੀ ਕੰਮ ਕਰਨਾ ਚਾਹੀਦਾ। ਮੇਰਾ ਪੂਰਾ ਇਹ ਨਹੀਂ ਕਿ ਸਿੰਗਰਾਂ ਨੂੰ, ਮਿਊਜ਼ਿਕ ਡਾਇਰੈਕਟਰਾਂ ਨੂੰ, ਸਾਰਿਆਂ ਨੂੰ ਦੋਸ਼ ਦਈਏ। ਸੋ ਪਰ ਯਾਰ ਬਰੋ ਇੱਕ ਵਾਰੀ ਹੋਰ ਗੱਲ ਤੂੰ ਸਹੀ ਕੀਤੀ ਆ, ਥੋੜਾ ਜਿਹਾ ਤਾਂ ਸੁਧਾਰ ਸਾਨੂੰ ਵੀ ਕਰਨਾ ਚਾਹੀਦਾ ਆ। ਸਹੀ ਗੱਲ ਹੈ ਬਾਈ। ਸਭਰੋ ਮੇਰੇ ਮਾਈਂਡ ਦੇ ਵਿੱਚ ਹੁਣੇ ਹੁਣੇ ਆਇਆ ਕਿ ਆਪਾਂ ਹਥਿਆਰ ਵਾਲੇ ਗਾਣੇ ਕਰ ਦਿੰਦੇ ਹਾਂ ਬੰਦ ਲੈ, ਆਓ ਛੱਡਤੀ ਬੰਦੂਕ, ਹੁਣ ਆਪਾਂ ਨਵਾਂ ਗਾਣਾ ਕਰਾਂਗੇ, ਨਵੇਂ ਕਨਸੈਪਟ ਦੇ ਉੱਤੇ ਤੇਰਾ ਗਾਣਾ। ਕਿਹ ਜਿਹਾ ਕਨਸੈਪਟ ਬਾਈ? ਨਵਾਂ ਕਨਸੈਪਟ ਮੇਰੇ ਦਿਮਾਗ ਦੇ ਵਿੱਚ ਆ, ਹੁਣ ਤੇਰਾ ਗਾਣਾ ਹੋਊਗਾ ਦਾਰੂ ਤੇ।